ਤੁਸੀਂ ਜਾਗ ਕੇ ਕਰੋਗੇ ਤਾਂ ਚੋਰ ਜਿਹੜੇ ਹੈਗੇ ਆ ਉਹ ਕਦੇ ਵੀ ਸੱਤਾ ਤੇ ਨਹੀਂ ਆ ਸਕਣਗੇ। ਸਵਾਲ ਇਹ ਹੈ ਕਿ ਹਰ ਪਿੰਡ 'ਚ ਜਾ ਕੇ ਬੇਨਤੀ ਕਰੋ ਕਿ 10 ਬੰਦੇ ਜਾਗ ਪੋ। ਜੇ ਪਿੰਡ 'ਚੋਂ 10 ਬੰਦੇ ਜਾਗ ਪੋਗੇ ਤਾਂ 13,000 ਪਿੰਡ ਆ ਪੰਜਾਬ ਦੇ ਵਿੱਚ, ਤੁਸੀਂ 1,30,000 ਹੋ ਜਾਓਗੇ। ਅੱਜ ਕਿਸੇ ਵੀ ਪੋਲੀਟੀਕਲ ਪਾਰਟੀ ਕੋਲੇ ਸਰਦਾਰ ਜੀ 30 ਬੰਦੇ ਨਹੀਂ ਹੈਗੇ, 30 ਨਹੀਂ ਹੈਗੇ। ਜੇ 5 ਬੰਦੇ ਇੱਕ ਪਾਰਟੀ ਦੇ ਇੱਕ ਕਾਰ 'ਚ ਬੈਠੇ ਆ, ਭਰੋਸਾ ਨਹੀਂ ਕਿ ਨੇ ਸ਼ਾਮ ਨੂੰ ਉਤਰ ਕੇ ਦੂਜੇ ਦੀ ਕਾਰ 'ਚ ਚੜ ਜਾਣਾ। ਸਵੇਰ ਵੇਲੇ ਸੇਵਾ ਸਿੰਘ ਸੇਖਵਾਂ ਬ੍ਰਹਮਪੁਰੇ ਨਾਲ ਹੁੰਦਾ ਹੈ ਤੇ ਸ਼ਾਮ ਨੂੰ ਢੀਡਸੇ ਨਾਲ, ਸਵੇਰ ਵੇਲੇ ਡਾਕਟਰ ਰਤਨ ਸਿੰਘ ਅਜਨਾਲਾ ਸਹੁੰ ਖਾਂਦਾ ਦਰਬਾਰ ਸਾਹਿਬ ਕਿ ਇਕੱਠੇ ਜੀਆਂਗੇ ਬ੍ਰਹਮਪੁਰਾ ਸਾਹਿਬ, ਇਕੱਠੇ ਮਰਾਂਗੇ, ਤੇ ਪੁੱਤ ਸੁਖਬੀਰ ਬਾਦਲ ਨਾਲ ਚੜ ਜਾਂਦਾ। ਇਸੇ ਤਰ੍ਹਾਂ ਬਾਜਵਾ ਸਾਹਿਬ ਦੋਵੇਂ ਭਰਾ, ਇੱਕ ਕੈਪਟਨ ਅਮਰਿੰਦਰ ਸਿੰਘ ਨੂੰ ਪੱਟਾਂ ਤੇ ਥਾਪੀਆਂ ਮਾਰੀ ਜਾਂਦਾ, ਮਾੜਾ ਭਲਾ ਕਹਿੰਦਾ, ਤੇ ਦੂਜਾ ਉਹਦੀਆਂ ਮੁੱਠੀਆਂ ਭਰੀ ਜਾਂਦਾ। ਅੱਜ ਇਹਨਾਂ ਲੋਕਾਂ ਦੀ ਹਾਲਤ ਉਸ ਬੋਧ ਕਥਾ ਵਾਲੀ ਹੈ ਕਿ 4 ਲਟੇਰੇ ਸੀ, ਲੁੱਟ ਕੇ ਜਾ ਰਹੇ ਸੀ, ਭੁੱਖ ਲੱਗੀ, ਜੰਗਲ 'ਚ ਬਹਿ ਗਏ। ਇਹ ਸਾਡੇ ਪੋਲੀਟੀਕਲ ਬੰਦਿਆਂ ਦੀ ਹਾਲਤ ਅੱਜ ਇਹ ਬਣੀ ਹੋਈ ਹੈ। 2 ਜਾਣੇ ਰੋਟੀ ਲੈਣ ਚਲੇ ਗਏ, 2 ਜਾਣੇ ਲੁੱਟ ਦੇ ਮਾਲ ਕੋਲੇ ਬਹਿ ਗਏ। ਜਿਹੜੇ ਰੋਟੀ ਲੈਣ ਗਏ ਉਹਨਾਂ ਨੇ ਫੈਸਲਾ ਕਰ ਲਿਆ ਵੀ ਰੋਟੀ 'ਚ ਪਾ ਦਿਓ ਜ਼ਹਿਰ, ਆਪਾਂ ਖਾ ਚੱਲਦੇ ਹਾਂ। ਉਹ ਰੋਟੀ ਖਾਣਗੇ ਮਰ ਜਾਣਗੇ, ਮਾਲ ਅੱਧਾ ਅੱਧਾ ਵੰਡ ਲਾਂਗੇ। ਜਿਹੜੇ 2 ਉੱਥੇ ਬੈਠੇ ਸੀ ਉਹ ਕਹਿੰਦੇ ਵੀ ਰੋਟੀ ਮਗਰੋਂ ਖਾਵਾਂਗੇ, ਪਹਿਲਾਂ ਵੱਢਾਂਗੇ ਉਹਨਾਂ ਨੂੰ ਤੇ ਮਾਲ ਅੱਧਾ ਅੱਧਾ ਵੰਡ ਲਾਂਗੇ। ਉਹ ਜਦੋਂ ਆਏ ਉਹਨਾਂ ਨੇ ਵੱਢ ਤੇ ਮੁੜ ਕੇ ਰੋਟੀ ਖਾਧੀ, ਉਹ ਵੀ ਮਰ ਗਏ ਤੇ ਉਹ ਵੀ ਮਰ ਗਏ। ਅੱਜ ਪੋਲੀਟੀਕਲ ਪਾਰਟੀਆਂ ਦੀ ਹਾਲਤ ਇਹ ਹੈ। ਤੁਸੀਂ ਜੁੜਨਾ ਆਪਦੇ ਬੱਚਿਆਂ ਵਾਸਤੇ, ਤੁਸੀਂ ਜੁੜਨਾ ਆਪਦੇ ਹੱਕਾਂ ਵਾਸਤੇ। ਅੱਜ ਮੋਦੀ ਨੇ ਪੂਰੇ ਦੇਸ਼ ਦੇ ਵਿੱਚ ਫਿਰਕਾ ਪ੍ਰਸਤੀ ਦੀ ਹਨੇਰੀ ਚਲਾਈ ਹੋਈ ਆ, ਫਿਰਕਾ ਪ੍ਰਸਤੀ ਦੀ ਹਨੇਰੀ। ਕੰਧ ਤੇ ਲਿਖ ਲਓ ਕਿ ਫਿਰਕਾ ਪ੍ਰਸਤੀ ਦੀ ਹਨੇਰੀ ਨੂੰ ਟੱਕਰ ਦੇਣੀ ਹੈ ਤਾਂ ਲੋਕਾਂ ਦੀਆਂ ਬੁਨਿਆਦੀ ਲੋੜਾਂ ਤੇ ਸੰਵਿਧਾਨਕ ਹੱਕਾਂ ਦੀ ਗੱਲ ਕਰਨੀ ਪਏਗੀ। ਐਜੂਕੇਸ਼ਨ ਦੀ ਗੱਲ ਕਰਨੀ ਪਊ, ਹੈਲਥ ਦੀ ਗੱਲ ਕਰਨੀ ਪਊ, ਰੁਜ਼ਗਾਰ ਦੀ ਗੱਲ ਕਰਨੀ ਪਊ, ਅੰਗਹੀਣ ਬੁਢਾਪਾ ਵਿਧਵਾ ਪੈਨਸ਼ਨ ਦੀ ਗੱਲ ਕਰਨੀ ਪਊ, ਕਿਸਾਨਾਂ ਦੇ ਫਸਲਾਂ ਦੇ ਭਾਅ ਦੀ ਗੱਲ ਕਰਨੀ ਪਊ, ਥਾਣਿਆਂ 'ਚ ਇਨਸਾਫ਼ ਦੀ ਗੱਲ ਕਰਨੀ ਪਊ, ਤਾਂ ਵੇਖਿਓ ਕਿਵੇਂ ਪੂਰਾ ਪੰਜਾਬ ਤੁਹਾਡੇ ਨਾਲ ਚੱਲਦਾ। ਇੱਥੇ ਥੋੜ੍ਹੇ ਬਹੁਤੇ ਰੌਲੇ ਗਲਤ ਬੰਦਿਆਂ ਨੇ ਪੁਆਤੇ ਸੀ। ਕਿਸੇ ਨੇ ਕਹਿੰਦੇ ਖਾਲਿਸਤਾਨ ਦਾ ਨਾਰਾ ਲਾਤਾ ਸੀ ਪਿਛਲੇ ਦਿਨਾਂ 'ਚ। ਪੰਜਾਬੀ ਉਹ ਖਾਲਿਸਤਾਨ ਕਾਹਦਾ ਕਾਹਦਾ ਖਾਲਿਸਤਾਨ? ਭਾਰਤ ਨੂੰ ਆਜ਼ਾਦ ਕਰਾਉਣ ਵਾਲੇ ਆਪਾਂ ਇੱਥੋਂ ਮੇਰੇ ਤੋਂ ਪਹਿਲਾਂ ਢਾਡੀ ਬੋਲ ਰਹੇ ਸੀ, ਭਾਰਤ ਨੂੰ ਆਜ਼ਾਦ ਅਸੀਂ ਕਰਾਇਆ, 90% ਕੁਰਬਾਨੀਆਂ ਅਸੀਂ ਦਿੱਤੀਆਂ, ਸਾਰਾ ਭਾਰਤ ਹੀ ਸਾਡਾ, ਅਸੀਂ ਖਾਲਿਸਤਾਨ ਕਾਹਦੇ ਵਾਸਤੇ ਮੰਗਦੇ ਹਾਂ? ਭਾਰਤ ਦੇ ਮਾਲਕ ਪੰਜਾਬੀ ਨੇ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਾਇਆ। ਔਰ ਮੈਂ ਦਾਅਵੇ ਨਾਲ ਕਹਿਣਾ ਕਿ ਤੁਹਾਡੇ ਮੋਢਿਆਂ ਦੇ ਉੱਤੇ ਇੱਕ ਅਗਲੀ ਲੜਾਈ ਹੈ ਪੂਰੇ ਭਾਰਤ ਨੂੰ ਆਜ਼ਾਦ ਕਰਾਉਣ ਦੀ। ਭਾਰਤ ਨੂੰ ਵੇਚਣ ਵਾਲਿਆਂ ਨੂੰ ਗੱਦੀਆਂ ਤੋਂ ਘੜੀਸ ਕੇ ਲਾਉਣਾ ਹੈ ਵੋਟ ਦੀ ਤਾਕਤ ਦੇ ਨਾਲ। ਔਰ ਪਹਿਲਾਂ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਮਹਿਲ ਉਸਾਰੇ ਹੈ, ਇੱਕ ਨੇ ਸਾਰਾਗੜੀ ਮਹਿਲ ਉਸਾਰਿਆ ਹੈ ਤੇ ਦੂਜੇ ਦਾ ਮਹਿਲ ਲੰਬੀ ਜਾ ਕੇ ਦੇਖਿਓ। ਇਹਨਾਂ ਨੂੰ ਇਹਨਾਂ ਦੇ ਮਹਿਲਾਂ ਦੇ ਵਿੱਚ ਡੱਕ ਸਕਦੇ ਆ ਤੁਸੀਂ ਵੋਟ ਦੀ ਤਾਕਤ ਦੇ ਨਾਲ। ਪਹਿਲਾਂ ਇਹਨਾਂ ਨੂੰ ਡੱਕੋ ਔਰ ਇੱਕ ਨਜ਼ੀਰ ਪੈਦਾ ਕਰੋ। ਅਸੀਂ ਅਬਾਨੀਆਂ ਤੇ ਅਡਾਨੀਆਂ ਦੇ ਪੈਟਰੋਲ ਪੰਪਾਂ ਤੇ ਬੈਠੇ ਹਾਂ। ਪਿਛਲੇ ਹਫ਼ਤੇ ਮੋਦੀ ਨੇ 5 ਏਅਰਪੋਰਟ ਬਾਬਾ ਜੀ ਅਡਾਨੀ ਨੂੰ ਵੇਚਤੇ ਆ, ਲਖਨਊ ਦਾ, ਹੈਦਰਾਬਾਦ ਦਾ ਤੇ ਮੰਗਲੌਰ ਦਾ ਤੇ 2 ਹੋਰ। ਉੜੀਸਾ ਤੇ ਆਂਧਰਾ ਪ੍ਰਦੇਸ਼ ਦੀਆਂ ਬੰਦਰਗਾਹਾਂ ਵੇਚਤੀਆਂ। ਸਾਡੇ ਘਰਾਂ 'ਚ ਜਿਹੜੀ ਗੈਸ ਆ ਰਹੀ ਹੈ ਉਹ ਗੈਸ ਨੂੰ ਪੈਦਾ ਇਹ ਕਰ ਰਹੇ ਆ, ਕੱਢ ਇਹ ਰਹੇ ਆ। ਅਸੀਂ ਕਿੱਥੇ ਕਿੱਥੇ ਇਹਨਾਂ ਦੇ ਨਾਲ ਜਾ ਕੇ ਲੜਾਂਗੇ? ਸਾਨੂੰ ਲੜਨਾ ਪਊ ਉਹਨਾਂ ਤਾਕਤਾਂ ਦੇ ਨਾਲ ਜਿਹੜੀਆਂ ਸਾਡੇ ਤੋਂ ਤਾਕਤ ਲੈ ਕੇ ਸਾਡੀ ਕੁੱਛੜ ਤੇ ਬੁੱਕਲ ਬਹਿ ਕੇ ਸਾਡੀ ਦਾੜੀ ਮੁੰਦੀਆਂ। ਉਹ ਭਾਵੇਂ ਮੋਦੀ ਹੈ, ਭਾਵੇਂ ਕੈਪਟਨ ਹੈ, ਭਾਵੇਂ ਬਾਦਲ ਹੈ। ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਇਸ ਅੰਦੋਲਨ ਦੇ ਵਿੱਚੋਂ ਜੇ ਤੁਸੀਂ ਸਮਾਜਿਕ ਚੇਤਨਾ ਤੇ ਰਾਜਸੀ ਚੇਤਨਾ ਨਾ ਕੱਢੀ ਤਾਂ ਜਿਵੇਂ ਪਹਿਲੀਆਂ ਲੜਾਈਆਂ ਤੁਸੀਂ ਹਾਰੀਆਂ,
मुल्क नूं आजाद कराउण दी लड़ाई दे विच मुल्क दी वंड गलत सी, असीं अज तक उहदा खमियाजा भुगत रहे हां। 1966 दे विच पंजाब दी वंड गलत सी, असीं उहदा खमियाजा भुगत रहे हां। असीं चप्पे च इकट्ठे होए, असीं बरगाड़ी च इकट्ठे होए, असीं अज वी सड़कां ते इकट्ठे होके बैठे हां। जे अपने हाथ दे विच नक्शा ना होया, जे अपने कोले व्यौतबंदी ना होई, तां पंजाबी ओ आपां फेर हार जांगे। मैं दीप सिद्धू होरां नूं दुबारा फिर वधाई दिंदा और उन्हां नूं विश्वास दिवाउंदा कि आपां मोर्चे दा मूंह दिल्ली वालों बदल के पंजाब वल कर लईए। सारा पंजाब तुहाडी राह देख रहा है और लोक अधिकार लहर तुहाडा साथ देवेगी जे तुसीं पंजाब वल मूंह करोगे। और मेरा ख्याल है पंजाब दा किसान ते मजदूर भी तुहाडा साथ देवेगा, पर सानूं मूंह पंजाब वल करना पऊ। तुहानूं दो नंबर गलबात करने वास्ते दे के जा रहे हैं। कोई होर जानकारी लेनी होवे, किसे पिंड च सदना होवे, मैं 1300 पिंड कट चुके हैं। अज मेरे अर्गे 10 जने होर लगे हुए है। जिथे भी हाक मारोंगे 50 बंदे इकट्ठे हो जाओगे, असी तुहाडे नाल हां। 814-66-96-144 814-66-96-144 और दूसरा 93-562-68-855 तुसी इन्हां नंबरां ते संपर्क कर सकते हैं। पंजाबीओ साडे घर नूं अग लगी हुई है, जदों घर नूं अग लग जाए तां घर दे जीआं दा फर्ज बनता है कि कोई पानी लियावे, कोई मिट्टी पावे। उदों गुआंढियां नूं आवाज नहीं मारी दी, पहलां आप अग बुझाउण दी कोशिश करी दी है। दिल्ली वल झाकणा छड्ड दिओ, कांग्रेस दिल्ली तो, अकाली दिल्ली तो, भाजपा दिल्ली तो, आप दिल्ली तो, बसपा यूपी तो, बेड़ा गर्क गया यार, आप क्यों नहीं इकट्ठे हो सकते। पंजाब दे विच सारे वाद छड़ दिओ, पंजाब वाद ले आओ और पंजाब वाद नूं वेख के पूरे देश दे विच इनकलाब आ जाएगा। इन्हां शब्दां दे नाल ही तुहाडा सारिआं दा धन्नवाद करदा हां। तुसी बहुत रीझ ते प्यार नाल सुणिआ। वाहिगुरू जी का खालसा, श्री वाहिगुरू जी की फतेह।